ਹਾਂਜੀ ਸਸ ਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ 247 ਐਜੂਕੇਸ਼ਨ ਹੈਪ ਤੇ ਆਸ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਹਾਂਜੀ ਬਹੁਤ ਹੀ ਅੰਗਲਾਣਾ ਕਰਦੇ ਹੋਏ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਭਾਗ ਦੀ ਤਾਂ ਅੱਜ ਆਪਾਂ ਪੰਜਾਬ ਤੇ ਰਾਜਨੀਤੀ ਦੇ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ MCQ ਜੋ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ ਹਾਂਜੀ ਤਾਂ ਪਲੀਜ਼ ਜੇਕਰ ਵੀਡੀਓ ਜੋ ਹੈ ਤੁਹਾਨੂੰ ਹੈਲਪਫੁਲ ਲੱਗ ਰਹੀ ਹੈ ਤਾਂ ਮੈਕਸਿਮਮ ਸ਼ੇਅਰ ਲਾਈਕ ਕਰੋ ਦੇਖਦੇ ਹਾਂ ਅੱਜ ਦਾ ਪਹਿਲਾ ਕੁਐਸਚਨ ਹਾਂਜੀ ਤਾਂ ਅੱਜ ਦਾ ਜੋ ਫਰਸਟ ਕੁਐਸਚਨ ਹੈ ਪੰਜਾਬ ਦੀ ਰਾਜਨੀਤੀ ਦੇ ਨਾਲ ਸੰਬੰਧਿਤ ਪੰਜਾਬ ਦੇ ਨਾਲ ਸੰਬੰਧਿਤ ਹਾਂਜੀ ਉਹ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਚਾਰ ਆਪਸ਼ਨ ਆਪਣੇ ਕੋਲ ਹੈਗੀਆਂ ਲక్ష్మణ ਸਿੰਘ ਗਿੱਲ ਹਾਂਜੀ ਜਸਟਿਸ ਗੁਰਨਾਮ ਸਿੰਘ प्रकाश सिंह बादल और फोर्थ ऑप्शन है ये अपने को सुरजीत सिंह बरनाला हां जी ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸ਼੍ਰਾਵਣੀ ਕਾਲੀਦਲ ਦਾ ਜੋ ਪਹਿਲਾ ਮੁੱਖ ਮੰਤਰੀ ਸੀਗਾ ਉਹ ਹੈ ਜੀ ਆਪਣੇ ਕੋਲ অপਸ਼ਨ ਨੰਬਰ 2 ਜਸਟਿਸ ਗੁਰਨਾਮ ਸਿੰਘ हां जी ਤਾਂ ਜਸਟਿਸ ਗੁਰਨਾਮ ਸਿੰਘ ਜੋ ਹੈ 8 ਤੈਨ 1967 ਤੋਂ ਲੈ ਕੇ 8 ਮਾਰਚ 1967 ਤੋਂ ਲੈ ਕੇ 25 ਨਵੰਬਰ 1967 ਤੱਕ ਜੋ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਤੌਰ ਤੇ ਜੋ ਹੈ ਉਹ ਰਏ ਸੀਗੇ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਹਨ ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ 1951 1952 1968 ਈਸਵੀ ਔਰ 1971 ਈਸਵੀ ਹਾਂਜੀ ਪੰਜਾਬ ਦੇ ਵਿੱਚ ਜੋ ਪਹਿਲੀ ਵਾਰੀ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀਗਾ ਸਟੂਡੈਂਟਸ ਉਹ ਹੋਇਆ ਸੀਗਾ 1951 ਇਸਵੀ ਦੇ ਵਿੱਚ ਹਾਂਜੀ ਤਾਂ A 2 ਜੂਨ 1955 ਤੋਂ ਲੈ ਕੇ 17 April 1952 ਇਸਵੀ ਤੱਕ ਚੱਲਿਆ ਸੀਗਾ ਹਾਂਜੀ ਸੋ ਆਪਣੇ ਕੋਲ অপਸ਼ਨ ਜੋ ਹੈ 1952 ਵੀ ਪਈ ਹੈ ਲੇਕਿਨ ਉਹਨਾਂ ਨੇ ਪੁੱਛਿਆ ਕਿ ਪਹਿਲੀ ਵਾਰੀ ਲਾਗੂ ਕਦੋਂ ਹੋਇਆ ਸੀਗਾ ਹਾਂਜੀ ਤਾਂ 1968 ਦੇ ਵਿੱਚ ਤਾਂ ਆਪਣੇ ਕੋਲ ਕੀ ਹੈ ਹਰੀ ਕ੍ਰਾਂਤੀ ਜਿਹੜੀ ਹੈ ਉਹ ਆਈ ਸੀਗੀ ਉਹ 1904 ਠੜ ਦੇ ਧਾਕਕੇ ਦੇ ਵਿੱਚ ਔਰ 1 ਨਵੰਬਰ 1966 ਨੂੰ ਕੀ ਹੈ ਪੰਜਾਬ ਰਾਜ ਦੇ ਜੋ ਹੈ ਬਾਦਸ਼ਾਹ ਦੇ ਆਧਾਰ ਤੇ ਜੋ ਕੀ ਹੈ ਵੰਡ ਹੋਈ ਸੀਗੀ ਸੋ ਆਪਣੇ ਕੋਲ ਆਪਸ਼ਨ ਨੰਬਰ 1 ਜੋ ਕਿ ਹੈ ਇਸ ਤੱਕ ਇਹ ਰਾਈਟ ਆਨਸਰ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਆ ਪੰਜਾਬ ਵਿੱਚ ਕੁੱਲ ਕਿੰਨੀ ਵਾਰ ਹੀ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਹਾਂਜੀ 5 ਵਾਰ 7 ਵਾਰ 8 ਵਾਰ ਜਾਂ ਫਿਰ ਚਾਰ ਵਾਰ ਹਾਂਜੀ ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਹੈ ਉਹ ਜੀ অপਸ਼ਨ ਨੰਬਰ 3 ਅੱਠ ਵਾਰ ਜਿਵੇਂ ਕਿ ਆਪਾਂ ਹੁਣੇ ਪੜਿਆ ਹੈਗਾ ਕਿ ਪਹਿਲੀ ਵਾਰ ਇਹ ਕਦੋਂ ਲਾਗੂ ਹੋਇਆ ਸੀਗਾ 1951 ਤੋਂ ਲੈ ਕੇ 1952 ਈਸਵੀ ਦੇ ਵਿੱਚ ਹਾਂਜੀ ਫਿਰ 1968 ਦੇ ਵਿੱਚ ਲਾਗੂ ਹੋਇਆ ਜੀ ਫਿਰ 1968 69 ਦੇ ਵਿੱਚ ਜੀ ਉਦੋਂ ਬਾਅਦ 1971 ਤੋਂ 1972 ਈਸਵੀ ਦੇ ਵਿੱਚ ਫਿਰ 1977 ਦੇ ਵਿੱਚ ਜਿਹੜਾ ਹੈਗਾ 2 ਮਹੀਨੇ ਰਿਹਾ ਜੀ ਫਿਰ 1980 ਦੇ ਵਿੱਚ ਫਿਰ 1985 ਔਰ ਰਾਸ਼ਟਰਪਤੀ ਰਾਜ ਜੋ ਹੈ ਲਾਸਟ ਵਾਰ ਜੋ ਲਾਗੂ ਹੋਇਆ ਸੀਗਾ ਉਹ ਹੋਇਆ ਸੀਗਾ ਜੀ 11 ਜੂਨ 1987 ਤੋਂ ਲੈ ਕੇ 25 ਫਰਵਰੀ 1992 ਤੱਕ ਜੀ ਹਾਂਜੀ ਤਾਂ ਇਹ ਆਪਣੇ ਕੋਲ ਕੀ ਹੈ 8 ਵਾਰ ਜੋ ਹੈ ਰਾਸ਼ਟਰਪਤੀ ਰਾਜ ਜੋ ਹੈ ਆਪਣੇ ਲਾਗੂ ਹੋਇਆ ਸੀਗਾ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਿੰ ਪੰਜਾਬ ਦੇ ਕਿੰਨੀ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ ਹਾਂਜੀ ਦੋ ਵਾਰ ਚਾਰ ਵਾਰ ਤਿੰਨ ਵਾਰ ਜਾਂ ਫਿਰ ਪੰਜ ਵਾਰ ਹਾਂਜੀ ਤਾਂ ਪ੍ਰਕਾਸ਼ ਸਿੰਘ ਬਾਦਲ ਜੋ ਹੈ ਉਹ ਪੰਜਾਬ ਦੇ ਜੋ ਮੁੱਖ ਮੰਤਰੀ ਹੈ ਉਹ ਕੀ ਹੈ ਸਭ ਤੋਂ ਜ਼ਿਆਦਾ ਵਾਰ ਜੋ ਹੈ ਬਣ ਚੁੱਕਿਆ ਹੈ ਉਹ ਕਿੰਨੀ ਵਾਰੀ ਹੈ ਜੀ ਪੰਜ ਵਾਰ ਜੀ ਹਾਂਜੀ ਤਾਂ पहली बारी जो है प्रकाश सिंह बादल जो है मुख्यमंत्री कदम बने से उन्नीस सौ सत्तर तो लैके उन्नीस सौ ईस्वी तक हाँ जी स्टूडेंट्स और फिर उन्नीस सौ सतर तो लैके उन्नीस सौ अस्सी ईस्वी तक हाँ जी फिर, 1990 तो फिर उन्नीस सौ सतानवे तो लैके दो हज़ार दो और फिर जो कि है दो हज़ार सत्तों लैके दो हज़ार बारह और फिर दो हज़ार बारह तो फिर दो हज़ार ਸਤਾਰਾ ਇਸ ਤਰ੍ਹਾਂ ਪੰਜ ਵਾਰ ਜੋ ਹੈ ਸਭ ਤੋਂ ਜ਼ਿਆਦਾ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਵਾਰ ਜੋ ਹੈ ਇਸੇ ਜੋ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂbelong ਕਰਦੇ ਹਨ ਉਹਨਾਂ ਦੇ ਹੱਥ ਜੋ ਹੈ ਆਇਆ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਆਂ ਪੰਜਾਬ ਵਿੱਚ ਹਰੀ ਕ੍ਰਾਂਤੀ ਕਿਹੜੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਆਈ ਸੀਗੀ ਹਾਂਜੀ ਡਾਕਟਰ ਗੋਪੀ ਚੰਦ ਭਾਰਗ RAM KRISHNAN ਜਸਟਿਸ ਗੁਰਨਾਮ ਸਿੰਘ ਪ੍ਰਤਾਪ ਸਿੰਘ ਕਰੋ ਜੀ ਹਾਂਜੀ ਤਾਂ ਪੰਜਾਬ ਵਿੱਚ ਜੋ ਹਰੀ ਕ੍ਰਾਂਤੀ ਆਈ ਸੀਗੀ ਜੀ ਉਹ ਆਈ ਸੀਗੀ ਰਾਮਕ੍ਰਿਸ਼ਨ ਦੇ ਰਾਜਕਾਲ ਦੌਰਾਨ ਹਾਂਜੀ ਤਾਂ ਡਾਕਟਰ ਗੋਪੀ ਚੰਦ 바ਰਗਵ ਜੋ ਹੈ ਉਹ ਕੀ ਹੈਗੇ ਸੀਗੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਜੀ ਹਾਂਜੀ ਜਸਟਿਸ ਗੁਰਨਾਮ ਸਿੰਘ ਜੋ ਹੈ ਉਹ ਕੀ ਹੈਗੇ ਸੀਗੇ ਜੀ ਆਪਾਂ ਹੁਣੇ ਪਿੱਛੇ ਡਿਸਕਸ ਕਰਕੇ ਆਏ ਆ ਹੈਗੇ ਆ ਉਹ ਹੈਗੇ ਸੀਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੇ ਮੁੱਖ ਮੰਤਰੀ ਔਰ ਪ੍ਰਤਾਪ ਸਿੰਘ ਕੈਰੋ ਜੋ ਹੈ ਉਹਨਾਂ ਦਾ ਸਭ ਤੋਂ ਲੰਮਾ ਕਾਰਜਕਾਲ ਜੋ ਹੈ ਉਹ ਮੰਨਿਆ ਜਾਂਦਾ ਹੈਗੇ ਜੀ ਹਾਂਜੀ ਨੈਕਸਟ ਕੁਐਸਚਨ ਹੈ ਆਖਰੀ ਵਾਰ ਵਿੱਚ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਸੀਗਾ 1972 ਈਸਵੀ 1984 ਈਸਵੀ 1987 ਈਸਵੀ ਔਰ 1992 ਈਸਵੀ ਹਾਂਜੀ ਤਾਂ ਰਾਸ਼ਟਰਪਤੀ ਰਾਜ ਜੋ ਹੈ ਲਾਸਟ ਵਾਰੀ ਜੋ ਹੈ ਲਾਗੂ ਹੋਇਆ ਸੀਗਾ 1992 ਈਸਵੀ ਦੇ ਵਿੱਚ ਹਾਂਜੀ 1992 ਸਵੀ ਦੇ ਵਿੱਚ ਹਾਂਜੀ ਤਾਂ ਇਸ ਦੇ ਵਿੱਚ ਸਟੂਡੈਂਟ 1992 ਦੇ ਵਿੱਚ ਜੋ ਹੈ ਇਹ ਖਤਮ ਹੋ ਗਿਆ ਸੀਗਾ ਤੇ 1987 ਦੇ ਵਿੱਚ ਕੀ ਹੈ ਇਹ ਲਾਗੂ ਹੋਇਆ ਸੀਗਾ 11 ਜੂਨ 1987 ਦੇ ਵਿੱਚ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਆਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਮੁੱਖ ਮੰਤਰੀ ਕੌਣ ਸੀਗਾ ਹਾਂਜੀ ਦਰਬਾਰਾ ਸਿੰਘ ਡਾਕਟਰ ਗੋਪੀ ਚੰਦ ਭਾਰਗਵ ਪੀਮਸਨ ਸਚਰ ਔਰ ਸਰਦਾਰ ਪ੍ਰਤਾਪ ਸਿੰਘ ਕੈਰੋ ਹਾਂਜੀ ਪਹਿਲਾ ਮੁੱਖ ਮੰਤਰੀ ਹਾਂਜੀ ਤਾਂ ਪਹਿਲਾ ਮੁੱਖ ਮੰਤਰੀ ਜੋ ਹੈਗਾ ਸੀਗਾ ਉਹ ਕੌਣ ਹੈਗਾ ਸੀਗਾ ਜੀ ਕਾਂਗਰਸ ਪਾਰਟੀ ਵੱਲੋਂ ਡਾਕਟਰ ਗੋਪੀ ਚੰਦ ਭਾਰਗਵ ਜੀ ਹਾਂਜੀ ਤਾਂ ਇਹ ਫਸਟ ਟਾਈਮ ਦੇ ਹੈਗੇ ਸੀਗੇ ਔਰ ਪੀਮਸਨ ਸਚਰ ਜੋ ਹੈਗੇ ਸੀਗੇ ਉਹ ਕੀ ਹੈ ਦੂਸਰੇ ਜੋ ਹੈ ਮੁੱਖ ਮੰਤਰੀ ਜੋ ਹੈ ਉਹ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਹੈਗੇ ਸੀਗੇ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਆਂ ਹਾਂਜੀ ਤਾਂ ਪੰਜਾਬ ਦੇ ਕਿਹੜੇ ਮੁੱਖ ਮੰਤਰੀ ਦਾ ਕਾਰਜਕਾਲ ਲਗਾਤਾਰ ਸਭ ਤੋਂ ਲੰਮਾ ਸੀ ਹਾਂਜੀ ਤਾਂ ਪ੍ਰਕਾਸ਼ ਸਿੰਘ ਬਾਦਲ ਲక్ష్మణ ਸਿੰਘ ਗਿੱਲ ਡਾਕਟਰ ਗੋਪੀ ਚੰਦ ਭਾਰਗਵ ਔਰ ਪ੍ਰਤਾਪ ਸਿੰਘ ਕੈਰੋਂਜੀ ਹਾਂਜੀ ਦਾ ਇਸਟੇਜ ਆਪਣੇ ਕੋਲ ਰਾਈਟ ਹੈਂਡਰ ਰੈਸਟੋਰੈਂਟਸ ਉਹ ਹੈ ਜੀ ਪ੍ਰਤਾਪ ਸਿੰਘ ਕੈਰੋਂ ਜੋ ਹੈ ਉਹਨਾਂ ਦਾ ਸਭ ਤੋਂ ਲਗਾਤਾਰ ਜੋ ਹੈ ਕਾਜ਼ਕਲ ਸਭ ਤੋਂ ਲੰਮਾ ਜੋ ਹੈ ਉਹ ਮੁੰਨੇ ਦੇੰਦ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ ਹਾਂਜੀ ਪੰਜਾਬ ਦੀ ਪਹਿਲੀ ਮੁੱਖ ਮਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਰਜਿੰਦਰ ਕੋਰ ਪੱਠਲ लक्ष्मी सागल अमृता प्रीतम और कमल कांता हां जी ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਹੈ ਜੀ ਉਹ ਹੈ ਜੀ ਆਪਣੀ অপਸ਼ਨ ਨੰਬਰ 1st ਡਾਕਟਰ हां जी ਸੋਰੀ ਅਰਜਿੰਦਰ ਕੋਰ ਪੱਠੜ ਤਾਂ ਇਹਨਾਂ ਦਾ ਜੋ ਸਮਾਂ ਹੈਗਾ ਸੀਗਾ ਉਹ ਹੈਗਾ ਸੀਗਾ ਜੀ 21 ਜਨਵਰੀ 1996 ਤੋਂ ਲੈ ਕੇ 12 ਫਰਵਰੀ 1997 हां जी 1996 ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ 1997 ਈਸਵੀ ਤੱਕ ਨੈਕਸਟ ਕੁਐਸਚਨ ਦੇਖ ਲੈਣੇ ਹਨ ਰਜਿੰਦਰ ਕੋਰ ਪੱਠਲ ਪੰਜਾਬ ਦੀ ਕਿੰਨੀ ਵਾਰੀ ਮੁੱਖ ਮੰਤਰੀ ਰਹਿ ਚੁੱਕੀ ਹੈ ਜੀ ਹਾਂਜੀ ਇੱਕ ਵਾਰ ਦੋ ਵਾਰ ਤਿੰਨ ਵਾਰ ਜਾਂ ਫਿਰ ਚਾਰ ਵਾਰ ਹਾਂਜੀ ਤਾਂ ਇਹ ਜੋ ਇਹਨਾਂ ਨੂੰ ਮੁੱਖ ਮੰਤਰੀ ਬਣਨ ਦਾ ਜੋ ਸੁਭਾਗ ਹੈ ਜੀ ਉਹ ਇੱਕ ਵਾਰ ਹੀ ਪ੍ਰਾਪਤ ਹੋਇਆ ਡਾਕਟਰ ਰਜਿੰਦਰ ਕੋਰ ਪੱਠਲ ਨੂੰ ਜੀ ਹਾਂਜੀ ਪੰਜਾਬ ਦੇ ਕਿਹੜੇ ਮੁੱਖ ਮੰਤਰੀ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ ਹੈ ਹਾਂਜੀ ਦਰਬਾਰਾ ਸਿੰਘ ਡਾਕਟਰ ਗੋਪੀਚੰਦ ਭਾਰਗਵ ਭੀਮ ਸਿੰਘ ਸੱਚਰ ਔਰ ਪ੍ਰਤਾਪ ਸਿੰਘ ਕੈਰੋਂ ਹਾਂਜੀ ਤਾਂ ਕਾਰਜਕਾਲ ਜੋ ਸਭ ਤੋਂ ਛੋਟਾ ਰਿਹਾ ਹੈ ਜੀ ਉਹ ਰਿਹਾ ਹੈ ਭੀਮ ਸਿੰਘ ਸੱਚਰ ਦਾ ਜੀ ਹਾਂਜੀ ਪਹਿਲੇ ਮੁੱਖ ਮੰਤਰੀ ਕੌਣ ਹੈਗੇ ਸੀਗੇ ਡਾਕਟਰ ਗੋਪੀਚੰਦ ਬਾਰਕ ਪਰਗਵ ਔਰ ਪ੍ਰਤਾਪ ਸਿੰਘ ਕੈਰੋਂ ਜੋ ਕਿ ਹੈ ਸਭ ਤੋਂ ਲੰਮਾ ਕਾਰਜਕਾਲ ਜੋ ਹੈ ਉਹ ਉਹਨਾਂ ਦਾ ਮੰਨਿਆ ਜਾਂਦਾ ਜੀ ਹਾਂਜੀ ਪੰਜਾਬ ਦਾ ਮੰਤਰੀ ਬਣਨ ਦਾ ਵਾਦਤੋਂ ਘਟਵਾਰ ਦਾ ਸਹੀ ਕ੍ਰਮ ਕਿਹੜਾ ਹੈ ਜੀ ਹਾਂਜੀ ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਪਈਆਂ ਜੀ ਹਾਂਜੀ ਆਪਸ਼ਨ ਨੰਬਰ ਫਸਟ ਹੈ ਆਪਸ਼ਨ ਨੰਬਰ ਸੈਕੰਡ ਹੈ ਆਪਸ਼ਨ ਨੰਬਰ ਥਰਡ ਹੈ ਔਰ ਆਪਸ਼ਨ ਨੰਬਰ ਜੋ ਕਿ ਹੈ 4 ਹੈ ਜੀ ਹਾਂਜੀ ਵਾਦਤੋਂ ਘਟਵਾਰ ਦਾ ਪਾਣੀ ਦੇਖਣਾ ਜੀ ਹਾਂਜੀ ਤਾਂ ਇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਹੈ ਹਾਂਜੀ ਡਾਕਟਰ ਗੋਪੀ ਚੰਦ ਭਾਰਗਵ ਹੈ ਔਰ ਭੀਮਸਨ ਸਚਰਜੀ ਹੈ ਜੀ ਹਾਂਜੀ ਦਾ ਇਸ ਦਾ ਕ੍ਰਮ ਕੀ ਹੈ ਪਾਂਡਿਵਾਰ ਜੋ ਹੈ ਪ੍ਰਕਾਸ਼ ਸਿੰਘ অপਸ਼ਨ ਨੰਬਰ 1 ਜੋ ਕਿ ਇਸ ਦਾ ਆਪਣੇ ਕੋਲ ਰਾਈਟ ਆਨਸਰ ਹੋ ਜਾਂਦਾ ਹੈ ਹਾਂਜੀ ਸਟੂਡੈਂਟਸ ਦੇਖੋ ਅ ਸਾ ਵਾਦਤੋਂ ਘਟਵਾਰ ਦਾ ਕ੍ਰਮ ਪੁੱਛ ਰਹੇ ਆ ਤਾਂ ਦੇਖੋ ਦੂਸਰੀਆਂ ਜਿਹੜੀਆਂ ਤਿੰਨ অপਸ਼ਨਾਂ ਪਈਆਂ ਹੈਗੀਆਂ ਉਹਨਾਂ ਦੇ ਵਿੱਚ ਪਹਿਲੀ ਜੋ অপਸ਼ਨ ਹੈ ਫਸਟ অপਸ਼ਨ ਜੋ ਹੈ ਉਹਦੇ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੀ ਨਹੀਂ ਹੈ ਸੋ ਆਪਣੇ ਕੋਲ ਇੱਥੋਂ ਹੀ ਕੁਝ ਆਈਡੀਆ ਆਪਾਂ ਨੂੰ ਹੋ ਜਾਂਦਾ ਹੈ ਸਭ ਤੋਂ ਜ਼ਿਆਦਾ ਵਾਰ ਜੋ ਬਣੇ ਸੀਗੇ ਪੰਜ ਵਾਰ ਉਹ ਬਣੇ ਸੀ ਪ੍ਰਕਾਸ਼ ਸਿੰਘ ਬਾਦਲ ਡਾਕਟਰ ਗੋਪੀਚੰਦ ਭਾਰਗਵ ਤਿੰਨ ਵਾਰ ਔਰ ਭੀਮਸੇਨ ਸੱਤਰ ਜੋ ਹੈ ਕੀਏ ਦੋ ਵਾਰ ਹਾਂਜੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਇਹ ਤਿੰਨ ਵਾਰ ਔਰ ਭੀਮਸੇਨ ਸੱਤਰ ਜੋ ਹੈ ਦੋ ਵਾਰ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਹਾਂਜੀ ਪੰਜਾਬ ਦੇ ਕਿਹੜੇ ਮੁੱਖ ਮੰਤਰੀਆਂ ਨੇ ਇੱਕ ਤੋਂ ਵੱਧ ਵਾਰ ਇਸ ਪਦ ਤੇ ਕੰਮ ਕੀਤਾ ਜੀ ਹਾਂਜੀ ਇਸ ਇੱਕ ਵਾਰ ਫਿਰ ਤੋਂ ਆਪਣੇ ਕੋਲ ਚਾਰ ਆਪਸ਼ਨ ਹੈ। ਔਰ ਚਾਰ ਆਪਸ਼ਨਾਂ ਦੇ ਵਿੱਚ ਆਪਣੇ ਕੋਲ ਅ ਦੋ ਟਾਈਮ ਜੋ ਹੈ ਹਾਂਜੀ ਇੱਕ ਤੋਂ ਵੱਧ ਵਾਰ ਪੁੱਛ ਰਿਹਾ ਤੇ ਪ੍ਰਕਾਸ਼ ਸਿੰਘ ਬਾਦਲ ਜੋ ਹੈ ਉਹ ਉੜਾ ਉਰਾੜਾ ਆਪਸ਼ਨ ਦੋਨਾਂ ਦੇ ਵਿੱਚ ਹੀ ਹੈ ਜੀ। ਹਾਂਜੀ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਜੀ। ਹਾਂਜੀ ਪ੍ਰਕਾਸ਼ ਸਿੰਘ ਬਾਦਲ डॉक्टर गोपीचंद भार्गव भीमसेन सचर और जस्टिस गुरनाम सिंह हाँ जी जिमें कि आप हमने डिस्कस करा पां बार प्रकाश सिंह बादल हाँ जी एक तो वो वार उन्होंने पूछे है तो तीन बार डॉक्टर गोपीचंद भार्गव और भीमसेन सचर जो है उन्होंने दो बार और इस बार एट प्रेजेंट महाराजा कैप्टन जो है हाँ जी ਉਹ ਵੀ ਸੈਂਟ ਟਾਈਮ ਜੋ ਹੈ ਉਹਨਾਂ ਦਾ ਵੀ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਜੋ ਹੈ ਕਾਰਜਕਾਲ ਜਿਹੜਾ ਹੈਗਾ ਉਹ ਆਪਾਂ ਨੇ ਯਾਦ ਰੱਖਣਾ ਹੈਗਾ ਤਾਂ ਇਸ ਤੋਂ ਪਹਿਲਾਂ ਉਹ 2002 ਤੋਂ 2002 ਤੋਂ ਲੈ ਕੇ 2007 ਇਸ ਵੀ ਤੱਕ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕੀ ਹੈ ਮੁੱਖ ਮੰਤਰੀ ਰਹੇ ਹੈ ਔਰ ਹੁਣ ਉਹ ਕੀ ਹੈ 2017 ਤੋਂ ਚੱਲ ਰਹੇ ਹੈ ਜੀ ਹਾਂਜੀ ਤਾਂ ਨੈਕਸਟ ਕੁਐਸਚਨ ਹੈ ਕਿ ਆਪਰੇਸ਼ਨ ਬਲੂ ਸਟਾਰ ਸਮੇਂ ਭਾਰਤ ਦਾ ਰਾਸ਼ਟਰਪਤੀ ਕੌਣ ਸੀਗਾ ਜੀ ਹਾਂਜੀ ਤਾਂ ਆਪਰੇਸ਼ਨ ਬਲੂ ਸਟਾਰ ਹਾਂਜੀ ਤਾਂ ਆਪਸ਼ਨ ਹੈ ਆਪਣੇ ਕੋਲ ਗਿਆਨੀ ਜੈਲ ਸਿੰਘ ਸ਼ੰਕਰਦੇਵਾਲ ਸ਼ਰਮਾ ਹਾਂਜੀ ਡਾਕਟਰ ਰਾਧਾ ਕ੍ਰਿਸ਼ਨਨ ਔਰ ਲਾਸਟ ਆਪਸ਼ਨ ਹੈਗੀ ਜੀ ਆਪਣੇ ਕੋਲ ਨੀਲਮ ਸੰਜੀਵਾ ਰੈਡੀ ਜੀ ਹਾਂਜੀ ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 1 ਹਾਂਜੀ ਤਾਂ ਗਿਆਨੀ ਜੈਲ ਸਿੰਘ ਜੂ ਹੈ ਉਹ ਕੀ ਹੈ ਪਾਰ ਦੇ ਰਾਸ਼ਟਰ ਪ੍ਰਤੀ ਹੈਗੇ ਸੀ ਕਿ ਕਿਸ ਸਮੇਂ ਆਪਰੇਸ਼ਨ ਬਲੂ ਸਟਾਰ ਸਮੇਂ ਦੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਹੜੇ ਪ੍ਰਧਾਨ ਦਾ ਕਾਰਜਕਾਲ ਸਭ ਤੋਂ ਲੰਮਾ ਸੀ ਹਾਂਜੀ ਅਵਤਾਰ ਸਿੰਘ ਮੱਕੜ ਹਰਚਰਨ ਸਿੰਘ ਲੰਗੋਵਾਲ ਐਲ ਐਸ ਮੀ ਡੀਠਿਆ ਔਰ ਗੁਰਚਰਨ ਸਿੰਘ ਟੋੜਾ ਜੀ ਹਾਂਜੀ ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਹੈ ਉਹ ਹੈ ਸਟੂਡੈਂਟਸ অপਸ਼ਨ ਨੰਬਰ 4 ਗੁਰਚਰਨ ਸਿੰਘ ਟੋੜਾ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਗੇ ਸੀਗੇ ਜਿਨ੍ਹਾਂ ਦਾ ਸਭ ਤੋਂ ਲੰਮਾ ਕਾਰਜਕਾਲ ਸੀ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਹਾਂਜੀ 1924 1925 1926 ਔਰ 1927 ਦੇ ਵਿੱਚ ਹਾਂਜੀ ਦੰਦੀਆਂ ਇਹ ਚੋਣਾਂ ਹੋਈਆਂ ਸੀਗੀਆਂ ਜੀ ਸਭ ਤੋਂ ਪਹਿਲੀ ਵਾਰ ਉਹ ਹੋਈਆਂ ਸੀਗੀਆਂ 1926 ਸਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਪਹਿਲੀ ਵਾਰ ਚੋਣਾਂ ਹੋਈਆਂ ਸੀਗੀਆਂ ਉਹ ਹੀ ਸੀ 1926 ਸਾਲ ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਕੀਤੀ ਗਈ ਜੀ ਹਾਂਜੀ 15 ਨਵੰਬਰ 1920 12 ਦਸੰਬਰ 1920 ਔਰ 13 ਅਕਤੂਬਰ 1920 ਔਰ 14 ਸਤੰਬਰ 1920 ਹਾਂਜੀ ਤਾਂ ਇਸ ਕੁਐਸਚਨ ਦਾ ਜੋ ਆਨਸਰ ਹੈ ਭਗਵੰਤ ਮਾਨ ਅਕਸਰ ਹੀ ਆਪਣੀ ਸਪੀਚ ਦੇ ਵਿੱਚ ਬੋਲਦੇ ਰਹਿੰਦੇ ਆ ਹਾਂਜੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 12 ਦਸੰਬਰ 1920 ਈਸਵੀ ਦੇ ਵਿੱਚ ਜੋ ਹੈ ਕੀ ਹੈ ਕੀਤੀ ਗਈ ਸੀਗੀ ਜੀ ਨੈਕਸਟ ਕੁਐਸਚਨ ਦੇਖ ਲੈਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀਗਾ ਜੀ ਹਾਂਜੀ ਸਰਦਾਰ ਹਰਬੰਸ ਸਿੰਘ ਅਟਾਰੀ ਸਰਦਾਰ ਸੁੰਦਰ ਸਿੰਘ ਰਾਮਗੜੀਆ ਸਰਦਾਰ ਸੁੰਦਰ ਸਿੰਘ ਮਜੀਠੀਆ ਔਰ ਫੋਰਥ ਆਪਸ਼ਨ ਹੈ ਜੀ ਜਥੇਦਾਰ ਕਿਸ਼ਨ ਸਿੰਘ ਗੜਗੱਛ ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਹੈ ਆਪਸ਼ਨ ਨੰਬਰ 3 ਸਰਦਾਰ ਸੁੰਦਰ ਸਿੰਘ ਮਜੀਠੀਆ ਜੋ ਉਸੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਿਗੇ ਜੀ ਨੈਕਸਟ ਕੁਐਸਚਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਜੀ ਹਾਂਜੀ ਅੰਮ੍ਰਿਤਸਰ ਲਾਹੌਰ ਅਨੰਦਪੂਰ ਸਾਹਿਬ ਖਡੂਰ ਸਾਹਿਬ ਹਾਂਜੀ वैरी वैरी सिंपल क्वेश्चन हाँ जी बहुत ही आसान प्रश्न है जी और आसान ही उत्तर इसका अमृतसर जो है उत्तर जो है श्रोमणी गुरद्वारा प्रबंधक कमेटी की जो कि है स्थापना की गई थी जी नैक्सट क्वेश्चन मिलता जुलता ही है जी एक बार फिर तो हैडकुआटर पूछा गया श्रोमी गुरुद्वारा प्रबंधक कमेटी का कितने जी अमृतसर चंडीगढ़ आनंदपुर साहब और खडूर साहब हाँ जी ਇਸ ਦਾ ਆਪਣੇ ਕੋਲ ਜੋ ਹੈ ਰਾਈਟ ਆਨਸਰ ਹੈ ਉਹ ਹੈ ਜੀ অপਸ਼ਨ ਨੰਬਰ 1 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਹੈ ਹੈਡਕੁਆਟਰ ਹੈ ਉਹ ਹੈ ਜੀ ਅੰਮ੍ਰਿਤਸਰ ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਕਿੰਨਾ ਹੁੰਦਾ ਜੀ ਹਾਂ ਜੀ 3 ਸਾਲ 4 ਸਾਲ 5 ਸਾਲ 6 ਸਾਲ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਵੀ ਹੈ ਜੀ 5 ਸਾਲ 5 ਸਾਲ ਦਾ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਕੀ ਹੈ ਉਹ ਕਾਰਜਕਾਲ ਜਕਾਜ ਸਮਾ ਹੁੰਦਾ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮੈਲਾ ਪ੍ਰਧਾਨ ਕੌਣ ਸੀ ਹਾਂਜੀ ਬੀਬੀ ਜਿੰਗੀ ਕੋਰ ਬੀਬੀ ਕੁਲਵੰਤ ਕੋਰ ਬੀਬੀ ਬਲਵੰਤ ਕੋਰ ਔਰ ਬੀਬੀ ਹਰਸਿਮਰਤ ਕੋਰ ਹਾਂਜੀ ਤਾਂ ਬੀਬੀ ਹਰਸਿਮਰਤ ਕੋਰ ਜਿਹੜਾ ਜੋ ਹੁਣ ਵੀ ਕੇਂਦਰੀ ਵਜ਼ਾਰਤ ਦੇ ਵਿੱਚ ਜੋ ਹੈ ਮਨਿਸਟਰ ਹੈ ਹਾਂਜੀ ਸ਼੍ਰੋਮਣੀ ਕਾਲੀਦਲ ਤੋਂ ਬਿਲੋਂਗ ਕਰਦੇ ਆ ਔਰ ਆਪਣੀ ਭਾਈਵਾਲ ਪਾਰਟੀ ਬੀਜੇਪੀ ਦੇ ਨਾਲ ਦੀ ਤਾਂ ਇਸ ਦਾ ਆਪਣਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਬੀਬੀ ਜਹੰਗੀਰ ਕੌਰ ਜੋ ਸਿਗੇਸ਼ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਪਹਿਲੀ ਮੈਲਾ ਪ੍ਰਧਾਨ ਸੀ ਜੀ ਨੈਕਸਟ ਕੁਐਸਚਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਵੋਟ ਪਾਉਣ ਲਈ ਘਟੋ-ਘਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਜੀ ਹਾਂਜੀ 30 ਸਾਲ 25 ਸਾਲ 21 ਸਾਲ ਜਾਂ ਫਿਰ 18 ਸਾਲ ਹਾਂਜੀ ਤਾਂ ਇਸ ਦੀ ਜੋ ਵੋਟ ਪਾਉਣ ਦੀ ਉਮਰ ਨਿਰਧਾਰਤ ਕੀਤੀ ਗਈ ਹੈ ਜੀ ਹਾਂਜੀ ਦੂਸਰੀਆਂ ਆਮ ਚੋਣਾਂ ਦੇ ਵਾਂਗ ਕਿੰਨੀ ਹੈ ਜੀ 18 ਸਾਲ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰਬੰਧ ਕੌਣ ਕਰਦਾ ਹੈ ਜੀ ਹਾਂਜੀ ਚੋਣ ਆਯੋਗ ਪੰਜਾਬ ਚੋਣ ਆਯੋਗ ਪੰਜਾਬ ਰਾਜ ਸਰਕਾਰ ਔਰ ਗੁਰਦੁਆਰਾ ਚੋਣ ਕਮਿਸ਼ਨ ਜੀ ਹਾਂਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਨਾ ਤਾਂ ਚੋਣ ਜੋਗ ਨਾ ਪੰਜਾਬ ਚੋਣ ਅਜੋਗ ਨਾ ਪੰਜਾਬ ਰਾਜ ਸਰਕਾਰ ਇਸ ਦਾ ਜੋ ਹੈ ਗੁਰਦੁਆਰਾ ਚੋਣ ਕਮਿਸ਼ਨ ਜੋ ਹੈ ਇਹਨਾਂ ਚੋਣਾਂ ਦਾ ਪ੍ਰਬੰਧ ਕੀ ਹੈ ਕਰਦਾ ਹੈ ਜੀ ਹਾਂਜੀ ਪੰਚਾਇਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਜੀ ਹਾਂਜੀ ਤਾਂ ਪੰਚਾਇਤ ਦਾ ਮੁਖੀ ਜੋ ਹੁੰਦਾ ਸਾਰੇ ਜਾਣਦੇ ਹੋ ਬਹੁਤ ਹੀ ਸਿੰਪਲ ਹੈ ਜੀ ਸਰਪੰਚ ਹਾਂਜੀ ਪੰਚ ਜੋ ਹੈ ਮੈਂਬਰ ਜੋ ਹੈ ਮੈਂਬਰ ਦੇ ਤੌਰ ਤੇ ਜਾਣੇ ਜਾਂਦੇ ਹੈਗੇ ਜੀ ਤਾਂ ਨੰਬਰਦਾਰ ਜੋ ਹੈ ਉਹ ਵੀ ਇੱਕ ਪਿੰਡ ਦੇ ਵਿੱਚ ਹਾਂਜੀ ਜਨਰਲ ਮੈਂਬਰ ਹੋਰ ਇੱਕ ਜੋ ਹੈ ਐਸਸੀ ਕੈਟਾਗਰੀ ਨਾਲ ਸੰਬੰਧਿਤ ਵੀ ਜੋ ਹੈ ਨੰਬਰਦਾਰ ਉਹ ਵੀ ਹੁੰਦੇ ਗ੍ਰਾਮ ਪੰਚਾਇਤ ਦੀ ਬੈਠਕ ਮਹੀਨੇ ਵਿੱਚ ਕਿੰਨੀ ਵਾਰ ਹੋਣੀ ਚਾਹੀਦੀ ਹੈ ਹਾਂਜੀ ਚਾਰ ਵਾਰ ਤਿੰਨ ਵਾਰ ਦੋ ਵਾਰ ਜਾਂ ਫਿਰ ਇੱਕ ਵਾਰ ਹਾਂਜੀ ਮਹੀਨੇ ਵਿੱਚ ਪੁੱਛ ਰਿਹਾ ਤਾਂ ਮਹੀਨੇ ਵਿੱਚ ਜਿਹੜੀ ਹੈਗੀ ਹੈ ਗ੍ਰਾਮ ਪੰਚਾਇਤ ਦੀ ਬੈਠਕ ਉਹ ਕੀ ਹੈ ਇੱਕ ਵਾਰ ਹੋਣੀ ਜ਼ਰੂਰੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਮੈਂਬਰ ਕਿੰਨੇ ਸਨ 175 230 300 ਜਾਂ ਫਿਰ 150 ਹਾਂਜੀ ਸ਼ੁਰੂਆਤੀ ਤੌਰ ਤੇ ਮੁੱਢਲੇ ਮੈਂਬਰਾਂ ਦੀ ਗੱਲ ਕਰਦੇ ਆ ਤਾਂ ਉਸ ਸਮੇਂ ਇਸ ਦੇ ਮੈਂਬਰ ਹੈਗੇ ਸੀਗੇ ਜੀ 175 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਮੈਂਬਰ ਜੋ ਹੈਗੇ ਉਹ ਕਿੰਨੇ ਸੀਗੇ 175 ਹਾਂਜੀ ਪੰਜਾਬ ਸਰਕਾਰ ਕਿਹੜੇ ਸਾਲ ਤੋਂ ਬੇਰੁਜ਼ਗਾਰੀ ਪੱਤਾ ਦੇ ਰਹੀ ਹੈ 1978 1900 1962 1978 हां जी दो बार प्रिंट है जी तो इस ते जो राइट आंसर है वो 1978 ਤੋਂ ਜੀ हां जी ਪਤਾ ਨਹੀਂ ਕਿੰਨਾਂ ਨੂੰ ਮਿਲ ਰਿਹਾ ਹੈ 1978 ਜੋ ਹੈ ਕੀ ਹੈ ਰਾਈਟ ਆਨਸਰ ਹੈ ਜੀ ਜਨਮ ਦੀ ਸੂਚਨਾ ਦਰਜ ਕਰਵਾਉਣ ਲਈ ਕਿੰਨਾ ਸਮਾਂ ਜੋ ਹੈ ਉਹ ਨਿਸ਼ਚਿਤ ਕੀਤਾ ਗਿਆ ਹੈ हां जी 7 ਦਿਨ 14 ਦਿਨ 18 ਦਿਨ ਜਾਂ ਫਿਰ 30 ਦਿਨ हां जी ਤਾਂ ਇਹ ਸਮਾਂ ਜੋ ਹੈ 14 ਦਿਨ ਜੋ ਹੈ ਕੀ ਨਿਰਧਾਰਤ ਕਰਿਆ ਗਿਆ ਜੀ ਹਾਂਜੀ ਤਾਂ ਇਹ ਹੈਗੇ ਸੀ ਕਿ ਸਟੂਡੈਂਟਸ ਆਪਣੀ ਅੱਜ ਦੇ ਪੰਜਾਬ ਦੀ ਰਾਜਨੀਤੀ ਦੇ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਐਮਸੀਕਿਊ ਜੀ ਹਾਂਜੀ ਤਾਂ ਜਿਨ੍ਹਾਂ ਨੇ ਇਹ ਕੁਐਸਚਨ ਫਸਟ ਟਾਈਮ ਕਰਿਆ ਹੈ ਜੀ ਹਾਂਜੀ ਜਿਨ੍ਹਾਂ ਨੇ ਉਹ ਮੈਕਸਿਮਮ ਕੁਐਸਚਨ ਜਿਹੜਾ ਰਾਈਟ ਕਰਿਆ ਪਲੀਜ਼ ਕਮੈਂਟ ਬਾਕਸ ਦੇ ਵਿੱਚ ਆਪਣਾ ਆਨਸਰ ਜਰੂਰ ਦੇਣਾ ਹਾਂਜੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕੁਐਸਚਨ ਲੈ ਕੇ ਧੰਨਵਾਦ ਸਸਕੀ ਕਾਲੀ